ਹੈਲੋ ਫਰੈਂਡਸ, ਵੈਲਕਮ ਟੂ ਨਿਊਜ਼ ਬਜ਼। ਹਾਜ਼ਰ ਹਾਂ ਤੁਹਾਡੇ ਸਾਹਮਣੇ ਲੈ ਕੇ ਪੰਜਾਬੀ ਇੰਡਸਟਰੀ ਦੀ ਇੱਕ ਹੋਰ ਮਜ਼ੇਦਾਰ ਖਬਰ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ, ਜੇ ਤੁਸੀਂ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ। ਅਤੇ ਫਰੈਂਡਸ, ਅੱਜ ਗੱਲ ਕਰਨ ਲੱਗੇ ਹਾਂ ਜੇ ਰੰਧਾਵਾ ਦੀ। ਜੇ ਰੰਧਾਵਾ, ਜਿਨ੍ਹਾਂ ਨੂੰ ਅਸੀਂ ਸਾਰੇ 9X ਟਸ਼ਨ ਦੇ ਫੇਮਸ ਸ਼ੋਅ ਟਸ਼ਨ ਦਾ ਪੈਕ ਵਿੱਚ ਦੇਖਦੇ ਆ ਰਹੇ ਹਾਂ, ਤੇ ਹਾਲ ਹੀ ਵਿੱਚ ਇਹਨਾਂ ਨੇ ਇੱਕ ਫਿਲਮ ਕੀਤੀ ਸੀ ਜਿਸ ਦਾ ਨਾਂ ਸੀ ਸ਼ੂਟਰ। ਇਸ ਵਿੱਚ ਜੇ ਰੰਧਾਵਾ ਨੇ ਮਸ਼ਹੂਰ ਗੈਂਗਸਟਰ ਸੁੱਖਾ ਕਾਲਵਾਂ ਦਾ ਰੋਲ ਪਲੇ ਕੀਤਾ ਸੀ, ਤੇ ਇਸੇ ਤਰ੍ਹਾਂ ਆਪਣੇ ਫਿਲਮੀ ਕਰੀਅਰ ਨੂੰ ਬਰਕਰਾਰ ਰੱਖਦੇ ਹੋਏ ਜੇ ਰੰਧਾਵਾ ਲੈ ਕੇ ਆ ਰਹੇ ਨੇ ਇੱਕ ਹੋਰ ਫਿਲਮ ਜਿਸ ਦਾ ਨਾਂ ਹੈ ਜਾਨੀ ਚੋਰ। ਟਾਈਟਲ ਤੋਂ ਲੱਗ ਰਿਹਾ ਹੈ ਕਿ ਇਸ ਫਿਲਮ ਵਿੱਚ ਵੀ ਸਾਨੂੰ ਇਹਨਾਂ ਦਾ ਚੋਰ ਗੈਂਗਸਟਰ ਵਾਲਾ ਰੂਪ ਹੀ ਦੇਖਣ ਨੂੰ ਮਿਲੇਗਾ। ਜੇ ਰੰਧਾਵਾ ਨੇ ਆਪਣੀ ਇਸ ਫਿਲਮ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਦੇ ਹੋਏ ਲਿਖਿਆ, ਆਫਟਰ ਸ਼ੂਟਰ ਜੇ ਰੰਧਾਵਾ ਸੁੱਚਾ ਇਜ਼ ਬੈਕ ਵਿਦ ਜਾਨੀ ਚੋਰ, ਹੇਅਰਸ ਦ ਫਸਟ ਲੁੱਕ ਆਫ ਮੂਵੀ ਵਿਲ ਬੀ ਰਿਲੀਜ਼ਿੰਗ ਇਨ 2021। ਯਾਨੀ ਕਿ ਇਹ ਫਿਲਮ ਸਾਨੂੰ 2021 ਵਿੱਚ ਦੇਖਣ ਨੂੰ ਮਿਲੇਗੀ। ਜੇ ਇਸ ਫਿਲਮ ਦੀ ਗੱਲ ਕਰੀਏ ਤਾਂ ਇਸ ਨੂੰ ਪ੍ਰੋਡਿਊਸ ਕੀਤਾ ਹੈ ਕੇਵੀ ਢਿੱਲੋਂ, ਮੁਨੀਸ਼ ਸ਼ਾਹ ਐਂਡ ਪਰਵਾਸ ਨਿਸ਼ਾਨ ਸਿੰਘ ਨੇ। ਡਾਇਰੈਕਟ ਕੀਤਾ ਹੈ ਦਿਲਸ਼ੇਰ ਸਿੰਘ ਔਰ ਖੁਸ਼ਪਾਲ ਸਿੰਘ ਨੇ। ਇਸ ਫਿਲਮ ਦੀ ਕਹਾਣੀ ਨੂੰ ਲਿਖਿਆ ਹੈ ਜਗਦੀਪ ਸਿੰਘ ਵਰਿੰਗ ਨੇ। ਇਸ ਦੇ ਪੋਸਟਰ ਦੀ ਗੱਲ ਕਰੀਏ ਤਾਂ ਪੋਸਟਰ ਵਿੱਚ ਇੱਕ ਅਖਬਾਰ ਦੀ ਝਲਕ ਮਿਲਦੀ ਹੈ ਜਿਸ ਉੱਤੇ ਲਿਖਿਆ ਹੈ ਚੰਡੀਗੜ੍ਹ ਨਿਊਜ਼ September 3, 2020, ਤੇ ਇੱਕ ਕਾਲਮ ਵਿੱਚ ਬਿਗੈਸਟ ਰੋਬਰੀ ਲਿਖਿਆ ਹੈ। ਇਸ ਦੇ ਨਾਲ ਹੀ ਪੋਸਟਰ ਵਿੱਚ ਇੱਕ ਲਾਈਨ ਲਿਖੀ ਹੈ ਕਿ ਹਰ ਚੋਰ ਚੋਰ ਹੋਣ ਤੋਂ ਪਹਿਲਾਂ ਖੁਦ ਚੋਰੀ ਹੁੰਦਾ। ਸੋ ਫਿਲਮ ਦਾ ਨਾਮ, ਨਿਊਜ਼ਪੇਪਰ ਦੀ ਝਲਕ ਤੇ ਪੋਸਟਰ ਤੇ ਲਿਖੀ ਇਸ ਲਾਈਨ ਤੋਂ ਇਹ ਅੰਦਾਜ਼ਾ ਲੱਗ ਰਿਹਾ ਹੈ ਕਿ ਇਹ ਫਿਲਮ ਇੱਕ ਆਮ ਇਨਸਾਨ ਕਿਵੇਂ ਚੋਰ ਬਣ ਜਾਂਦਾ ਹੈ ਉਸ ਤੇ ਹੈ। ਬਾਕੀ ਇਹ ਫਿਲਮ ਜਦੋਂ ਆਉ ਉਦੋਂ ਹੀ ਪਤਾ ਲੱਗੂ। ਸੋ ਫਰੈਂਡਸ, ਤੁਸੀਂ ਇਸ ਫਿਲਮ ਨੂੰ ਲੈ ਕੇ ਕਿੰਨੇ ਕੁ ਐਕਸਾਈਟਿਡ ਹੋ ਅਤੇ ਤੁਹਾਨੂੰ ਜੇ ਰੰਧਾਵਾ ਦਾ ਕਿਹੜਾ ਰੂਪ ਪਸੰਦ ਹੈ? ਐਂਕਰ ਦੇ ਤੌਰ ਤੇ ਇੱਕ ਚੁਲਬੁਲਾ ਮੁੰਡਾ ਜਾਂ ਹੀਰੋ ਦੇ ਰੂਪ ਵਿੱਚ ਇੱਕ ਗੈਂਗਸਟਰ? ਆਪਣੇ ਓਪੀਨੀਅਨ ਸਾਡੇ ਨਾਲ ਸ਼ੇਅਰ ਕਰੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ। ਪੰਜਾਬੀ ਇੰਡਸਟਰੀ ਦੀਆਂ ਇਹੋ ਜਿਹੀਆਂ ਲੇਟੈਸਟ ਅਪਡੇਟਸ ਜਾਣਨ ਦੇ ਲਈ ਦੇਖਦੇ ਰਹੋ ਸਾਡਾ ਚੈਨਲ ਨਿਊਜ਼ ਬਜ਼ ਐਂਡ ਹਿੱਟ ਦਾ ਲਾਈਕ ਬਟਨ।